ਲੰਬੀ ਦੇ ਪਿੰਡ ਫਤਿਹਪੁਰ ਮੰਨੀਆਂ ਦੇ ਵਿੱਚ ਨਸ਼ੇ ਦੀ ਓਵਰਡੋਸ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਹੈ। ਲੇਕਿਨ ਮਾਂ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਪੁੱਤਰ ਨੂੰ ਨਸ਼ੇ ਦਾ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਮਾਂ ਮੁਤਾਬਕ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਗੁੜਗਾਉਂ ਐਮਾਜ਼ਨ ਕੰਪਨੀ ਵਿੱਚ ਨੌਕਰੀ ਕਰਦਾ ਸੀ ਤੇ 2 ਦਿਨ ਛੁੱਟੀ ਤੇ ਘਰ ਆਇਆ ਹੋਇਆ ਸੀ। ਇਸ ਦੌਰਾਨ ਉਸਦੇ ਦੋਸਤ ਲੜਾਈ ਝਗੜੇ ਮਾਮਲੇ ਵਿੱਚ ਉਸ ਨੂੰ ਮਲੋਟ ਲੈ ਗਏ ਤੇ ਦੇਰ ਸ਼ਾਮ ਨਸ਼ੇ ਦਾ ਟੀਕਾ ਲਗਾ ਕੇ ਉਸ ਨੂੰ ਘਰ ਛੱਡ ਗਏ। ਲੇਕਿਨ ਉਦੋਂ ਤੱਕ ਉਸਦੇ ਪੁੱਤ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਮਾਂ ਸਰਬਜੀਤ ਕੌਰ ਨੇ ਆਪਣੇ ਪੁੱਤ ਦੀ ਮੌਤ ਮਾਮਲੇ ਦੇ ਵਿੱਚ 4 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਮੰਨੀਆਂ ਲਾਏ, ਮੇਰਾ ਕਾਕਾ ਐਮਾਜ਼ੋਨ 'ਚ ਕੰਮ ਕਰਦਾ ਸੀਗਾ ਜੀ। ਉਹਨੇ ਕੋਰਸ ਕੀਤਾ ਸੀਗਾ ਬੱਲੂਆਣੇ ਤੋਂ ਸਰਕਾਰੀ, ਉੱਥੇ ਸਰਕਾਰੀ ਮਤਲਬ ਕਿ ਹੈ ਆ ਸੈਂਟਰ ਹੈ ਕੋਈ, ਉੱਥੇ ਉਹਨੇ ਕੋਰਸ ਕਰਕੇ ਅਤੇ ਐਮਾਜ਼ੋਨ 'ਚ ਕੰਮ ਕਰਦਾ ਸੀਗਾ। 2 ਸਾਲ ਹੋ ਗਏ ਉਹਨੂੰ ਕੰਮ ਕਰਦੇ ਨੂੰ। 2 ਦਿਨਾਂ ਵਾਸਤੇ ਘਰ ਆਇਆ ਸੀਗਾ, ਉਹ ਫਰੀਦਕੋਟ ਭੂਆ ਕੋਲ ਗਿਆ ਚਲਾ। ਭੂਆ ਕੋਲੋਂ ਇਹਨਾਂ ਨੇ ਬੁਲਾ ਲਿਆ, ਉਹਨਾਂ ਨੇ ਕੋਈ ਪੋਸਟਰ ਲਾਉਣੇ ਸੀ, ਉਹਨਾਂ ਦਾ ਕਾਕਾ ਕੋਈ ਪ੍ਰਧਾਨ ਬਣਦਾ ਪਿਆ ਹੈ ਮਹਾਰਾਜਾ ਰਣਜੀਤ ਕਾਲਜ 'ਚ, ਉੱਥੇ ਉਹਨਾਂ ਨੇ ਕੋਈ ਪੋਸਟਰ ਲਵਾਉਣੇ ਸੀ ਅਤੇ ਉਹਨਾਂ ਨੇ ਮੇਰੇ ਬੇਟੇ ਨੂੰ ਬੁਲਾਇਆ ਫੋਨ ਕਰਕੇ। ਮੇਰਾ ਬੇਟਾ ਸ਼ਾਮ ਨੂੰ ਆਇਆ ਘਰ 7 ਵਾਲੀ ਬੱਸ 'ਤੇ, 7 ਵਾਲੀ ਬੱਸ 'ਤੇ ਆ ਕੇ ਸੁਬਹਾ ਮੇਰੇ ਬੇਟੇ ਨੇ ਚਾਹ ਪਾਣੀ ਪੀਤਾ ਅਤੇ ਉਹ 8 ਵਾਲੀ ਬੱਸ 'ਤੇ 8 ਵਜੇ ਘਰੋਂ ਨਿਕਲ ਗਿਆ। ਮੰਨ ਲਾ ਉਹ ਗੱਡੀ 'ਤੇ ਜਿਨ੍ਹਾਂ ਦਾ ਨਾਲ ਲੜਾਈ ਸੀ, ਰੋਲਾ ਸੀਗਾ, ਉਹ ਗੱਡੀ 'ਤੇ ਉਹਨੂੰ ਲੈ ਗਏ ਅਤੇ ਉਹ ਗੱਡੀ 'ਤੇ ਲਿਜਾ ਕੇ ਉਹਨਾਂ ਨੇ ਉੱਥੇ ਲੜਾਈ ਝਗੜਾ ਕਰਾਇਆ। ਲੜਾਈ ਝਗੜਾ ਕਰਾਉਣ ਮਾਰੇ ਮੇਰੇ ਬੇਟੇ ਨੂੰ ਉਹਨਾਂ ਨੇ ਟੀਕਾ ਲਾਇਆ। ਖੁਦ ਮੇਰਾ ਬੇਟਾ ਕੋਈ ਨਸ਼ਾ ਨਹੀਂ ਕਰਦਾ ਗਾ, ਟੀਕਾ ਲਾ ਕੇ ਮੇਰੇ ਘਰ ਛੱਡਣ ਆਏ। ਉਹ ਜਿਹੜਾ ਜਿਨ੍ਹਾਂ ਦੀ ਲੜਾਈ ਸੀਗੀ, ਉਹਨਾਂ ਦਾ ਭਰਾ ਸੀਗਾ ਛੋਟਾ, ਲਵਦੀਪ ਸਿੰਘ ਉਹਦਾ ਨਾਮ ਹੈ, ਉਹ ਛੱਡਣ ਆਏ ਮੇਰੇ ਬੇਟੇ ਨੂੰ। ਜਦੋਂ ਮੇਰੇ ਬੇਟੇ ਨੂੰ ਛੱਡਣ ਆਏ, ਮੇਰੇ ਬੇਟੇ ਦੀ ਡੈਥ ਹੋ ਚੁੱਕੀ ਸੀਗੀ। ਪੁਲਿਸ ਨੇ ਕਾਰਵਾਈ ਕਰਤੀ ਹੈ, 4 ਜਣਿਆਂ ਦੀ। ਹਾਂਜੀ, ਇੱਕ ਤਾਂ ਗੁਰਪ੍ਰੀਤ ਸਿੰਘ ਜਿਹੜਾ ਘਰੋਂ ਲੈ ਕੇ ਗਿਆ ਮੇਰੇ ਬੇਟੇ ਨੂੰ, ਇੱਕ ਉਹਨਾਂ ਦਾ ਕਾਕਾ, ਉਹਦੀਆਂ ਮੇਰੇ ਕੋਲ ਕਾਲਾਂ ਫੋਨ 'ਚ ਸਾਰਾ ਕੁਛ ਪਿਆ ਆ, ਰਿਕਾਰਡਿੰਗਾਂ ਹੈ, ਅਸੀਂ ਫੋਨ ਕਾਕੇ ਦਾ ਰਿਕਾਰਡਿੰਗ 'ਤੇ ਲਾਇਆ ਹੋਇਆ ਇਹ। ਹੈਂ? ਨਹੀਂ ਨਹੀਂ, ਆਪਣੇ ਕਾਕੇ ਦਾ ਫੋਨ ਅਸੀਂ ਰਿਕਾਰਡਿੰਗ 'ਤੇ ਲਾਇਆ ਸੀ ਗੁਰਪ੍ਰੀਤ ਸਿੰਘ ਦਾ, ਪਰ ਉਹਨੂੰ ਨਹੀਂ ਪਤਾ ਸੀ ਕਾਕੇ, ਉਹਨਾਂ ਨੂੰ ਨਹੀਂ ਪਤਾ ਵੀ ਫੋਨ ਰਿਕਾਰਡਿੰਗ 'ਤੇ ਆ। ਉਹ ਲੈ ਕੇ ਗਏ ਆ, ਜਦੋਂ ਉਹਨਾਂ ਨੇ ਕਾਲਾਂ ਕੀਤੀਆਂ, ਪਹਿਲਾਂ ਹੀ ਕਾਲਾਂ ਕਰਦੇ ਰਹੇ, ਭੂਆ ਕੋਲ ਮੁੰਡਾ ਇੱਕ ਦਿਨ ਆਇਆ ਸੀਗਾ, ਕਾਲਾਂ ਪਹਿਲਾਂ ਵੀ ਕਰਦੇ ਰਹੇ, ਉਹਦੇ ਵਿੱਚ ਕਾਲਾਂ 40-45 ਕਾਲਾਂ ਰੈਕਸੀ ਦੀਆਂ ਹੈ, ਰੈਕਸੀ ਦੇ ਪਾਪਾ ਦੀਆਂ ਹੈ, ਫੋਨ ਕਰਿਆ ਹੈ। ਅਤੇ ਜਿਹੜਾ ਸ਼ਰਨ ਨੇ, ਉਹ ਅਤੇ ਉਹਦੀ ਮਾਂ ਮੇਰੇ ਗੰਨ ਵਾਲੇ ਘਰ ਆ ਕੇ ਗਲ ਪਏ ਆ, ਪੈਂਦੇ ਸੀਗੇ ਮੁੰ, ਅਤੇ ਨਾਲੇ ਉਹ ਮੈਨੂੰ ਧਮਕੀਆਂ ਦਿੰਦੀ ਸੀ ਵੀ ਅੱਗੇ ਆਪਦਾ ਖਸਮ ਮਰਵਾ ਦਿੱਤਾ ਹੀ ਲੋਕਾਂ ਤੋਂ। ਫਿਲਹਾਲ ਪੁਲਿਸ ਨੇ ਮਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਹੈ। ਉਹਦਾ ਉਹਦੀ ਮਾਤਾ ਸਰਬਜੀਤ ਕੌਰ ਨੇ ਸਾਡੇ ਕੋਲ ਇੱਕ ਬਿਆਨ ਲਿਖਾਇਆ ਸੀਗਾ, ਇਹ ਐਂ ਕਰਕੇ ਮੇਰੇ ਬੇਟੇ ਨੂੰ 4 ਮੁੰਡੇ ਮੇਰੇ ਘਰੋਂ ਲੈ ਗਏ ਸੀ ਮੋਰਨਿੰਗ ਕਲੋਟ ਸ਼ਹਿਰ ਦੇ ਵਿੱਚ। ਉਹ ਤੋਂ ਬਾਅਦ ਉਹ ਤਕਰੀਬਨ ਸ਼ਾਮ ਨੂੰ ਵੀ ਉਹਦੀ ਡੈਡ ਬੋਡੀ ਸ਼ਾਮ ਨੂੰ ਮੇਰੇ ਘਰ ਛੱਡ ਗਈ। ਉਹ ਤੋਂ ਬਾਅਦ ਉਹਨਾਂ ਨੇ ਉਹਨਾਂ ਮਲੋਟ ਦਾਖਲ ਕਰਵਾਉਂਦਾ ਅਤੇ ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ 'ਤੇ ਅਤੇ ਉਹਨਾਂ ਦੇ ਬਿਆਨ ਦੇ ਆਧਾਰ 'ਤੇ ਐਫ ਆਈ ਆਰ ਲੌਂਚ ਕਰਤੀ ਅਤੇ ਅਗਲੀ ਸਥਿਤੀ ਸੀ। ਇੱਕ ਬੰਦਾ ਰਾਊਂਡ ਅਪ ਕੀਤਾ, ਬਾਕੀ 3 ਦੀ ਅਜੇ ਭਾਲ ਜਾ। ਉਹ ਫਿਲਹਾਲ ਤਾਂ 304 ਦਾ ਪਰਚਾ ਦਿੱਤਾ, ਬਾਕੀ ਡਾਕਟਰ ਸਾਹਿਬ ਨੇ ਉਹਦਾ ਪੋਸਟਮਾਰਟਮ ਕਰਕੇ ਉਹਦਾ ਵਿਸਰਾ ਵਗੈਰਾ ਕੱਢਿਆ। ਡਾਕਟਰ ਸਾਹਿਬ ਨੇ ਫਸਟ ਤਾਂ ਦਿੱਤੀ ਨਹੀਂ ਹਜੇ ਤੱਕ ਉਹਨਾਂ ਦੀ ਡੈਥ ਬਾਰੇ, ਕਾਜ਼ ਆਫ ਡੈਥ ਕੀ ਹੈ, ਉਹਦੀ ਐਫ ਐਸ ਐਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ।